ਗੱਲ ਪੰਜਾਬ ਦੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ, ਅਤੇ ਮੈਂ ਹਾਂ ਤੁਹਾਡਾ ਆਪਣਾ ਹੈਪੀ ਸਿੰਘ। ਅਤੇ ਕਹਿੰਦੇ ਜੇ ਮਾਲ ਵਿੱਚ ਲੱਗੀ ਹੋਵੇ ਸੇਲ ਤਾਂ ਪੈ ਜਾਂਦਾ ਰਸ਼, ਔਰ ਗਰਮੀ ਵਿੱਚ ਪੀਣਾ ਚਾਹੀਦਾ ਗੰਨੇ ਦਾ ਰਸ। ਔਰ ਮੈਂ ਕਰਨ ਆ ਗਿਆ ਜੀ ਮਿਊਜ਼ੀਕਲ ਕੱਦੂਕਸ। ਵਾਹ ਜੀ। ਅਤੇ ਮੇਰੇ ਨਾਲ ਨੇ ਜੀ ਸੀਨੀਅਰ ਜਰਨਲਿਸਟ ਪ੍ਰਵੀਨ ਕੋਮਲ ਜੀ, ਟਿੰਗਲਿੰਗ ਟੀਵੀ ਦੇ MD ਵੀ ਨੇ, ਔਰ ਸਾਡੇ ਚੈਨਲ ਗੱਲ ਪੰਜਾਬ ਦੀ, ਅਤੇ ਤੁਸੀਂ ਇਹਦਾ ਪ੍ਰੋਗਰਾਮ ਵੀ ਦੇਖਦੇ ਹੋਗੇ ਅੱਜ ਕੱਲ੍ਹ ਸ਼ਤਰੰਜ, ਸਿਆਸੀ ਸ਼ਤਰੰਜ। ਜੀ ਜੀ। ਸਪੈਸ਼ਲੀ ਸਾਡੇ ਸਟੂਡੀਓ ਆਉਂਦੇ ਹੁੰਦੇ, ਮੌਕੇ ਦਾ ਫਾਇਦਾ ਚੱਕ ਕੇ ਮੈਂ ਨਾਲ ਹੀ ਬਿਠਾ ਲਿਆ ਇਹਨਾਂ ਨੂੰ। ਪਰ ਤੁਹਾਡਾ ਕੱਦੂਕਸ ਹੈ, ਉਹਦੇ 6 ਬਰੀਕ ਨੇ ਜਾਂ? ਇਹ ਬਰੀਕ ਨਹੀਂ ਜੀ, ਬਹੁਤ ਜ਼ਿਆਦਾ ਬਰੀਕ ਨੇ ਜੀ ਜੀ। ਇਹ ਜਦੋਂ ਗਾਣਾ ਉਹਦੇ ਤੇ ਲਾਇਆ ਨਾ, ਫਿਰ ਆਪਾਂ ਨੇ ਕੱਦੂਕਸ ਤੇ ਆਪਣਾ ਮਿਊਜ਼ਿਕ ਟਰੈਕ ਜਿਹੜਾ ਅੱਜਦਾ ਜੀ ਜੀ, ਇਹ ਫਿਰ ਪਤਾ ਚੱਲੂਗਾ। ਚਾੜੋ ਫਿਰ, ਚਾੜੋ ਚਾੜ ਦੀਏ ਜੀ। ਪਹਿਲਾਂ ਦਰਸ਼ਕਾਂ ਨੂੰ ਦੱਸਦੀ ਅਸੀਂ ਗੱਲ ਕਿਹੜੇ ਗਾਣੇ ਦੀ ਕਰਨ ਲੱਗਿਆ ਜੀ। ਬੜੇ ਪਿਆਰੇ ਜਿਹੇ ਮੁੰਡੇ ਦਾ ਗਾਣਾ, ਨਾਮ ਵੀ ਉਹਦਾ ਸੱਜਣ ਹੈ, ਸੱਜਣ ਅਦੀਬ ਦਾ ਗਾਣਾ। ਗੱਲ ਸੱਜਣ ਅਦੀਬ, ਗੱਲ ਦੋਹਾਂ ਵਿੱਚ ਹੀ ਰੱਖ ਲਈ, ਕਿਤੇ ਹੋਰ ਨਾ ਕਰੀ। ਹੋਰ ਗੱਲ ਦੋਹਾਂ ਵਿੱਚ ਹੀ ਰੱਖ ਲਈ, ਵੇ ਕਿਤੇ ਹੋਰ ਨਾ ਕਰੀ। ਗੱਲ ਦੋਹਾਂ ਵਿੱਚ ਹੀ ਰੱਖ ਲਈ, ਵੇ ਕਿਤੇ ਹੋਰ ਨਾ ਕਰੀ। ਇਹ ਗਾਣਾ ਜੀ 7 ਮਈ ਨੂੰ ਰਿਲੀਜ਼ ਹੋਇਆ, ਵਾਈਟ ਹਿੱਲ 뮤직 ਨੇ ਰਿਲੀਜ਼ ਕੀਤਾ ਜੀ। 1.4 million, ਯਾਨੀ ਕਿ 1.4 million YouTube ਦੀ ਪਾਜਾ ਤੇ ਕਈ ਹੈ ਵਿਊ ਹੋ ਚੁੱਕੇ ਨੇ, ਨੰਬਰ 1 ਟ੍ਰੈਂਡਿੰਗ ਤੇ ਚੱਲ ਰਿਹਾ। ਕਮਾਲ ਕਮਾਲ, ਯਾਨੀ ਕਿ ਨੌਜਵਾਨ ਤਬਕੇ ਦੀ ਪਸੰਦ ਬਣ ਚੁੱਕੇ ਹੈ, ਪਸੰਦ ਬਣ ਚੁੱਕੇ। ਟ੍ਰੈਂਡਿੰਗ ਵਿੱਚ ਉਹੀ ਗਾਣੇ ਹੁੰਦੇ ਨੇ ਜਿਹਨੂੰ ਯੂਥ ਖਾਸ ਤੌਰ ਦੇ ਉੱਤੇ ਪੈ ਜਾਂਦਾ ਹੈ, ਟ੍ਰੈਂਡਿੰਗ ਨੰਬਰ 1 ਤੇ ਆ ਚੁੱਕਿਆ ਜੀ। ਇਹ ਗਾਣਾ ਤੁਹਾਨੂੰ ਮੈਂ ਦੱਸ ਦਿੰਦਾ, ਗੱਲ ਦੋਹਾਂ ਵਿੱਚ ਹੀ ਰੱਖ ਲਈ ਜਿਹੜਾ ਗਾਣਾ ਹੈ, ਇਹਦਾ ਲਿਰਿਕਸ ਇਹਦੇ ਲਿਖੇ ਨੇ ਉਦਾਰ ਸਾਹਿਬ ਨੇ। ਉਦਾਰ ਸਾਹਿਬ, ਹਾਂਜੀ। 뮤직 ਇਹਦਾ ਕੀਤਾ ਚੀਤੇ ਨੇ। ਚੀਤਾ ਸਰਕਸ ਵਾਲਾ ਚੀਤਾ ਨਹੀਂ ਹੈਗਾ ਜੀ ਇਹ, ਉੱਥੇ ਜੇ ਚੀਤੇ ਨੇ ਮਿਊਜ਼ਿਕ ਕੀਤਾ ਫਿਰ ਤਾਂ ਪਤਾ ਹੀ ਹੈ ਮਿਊਜ਼ਿਕ ਫਿਰ ਤੇਜ਼ ਹੀ ਭੱਜਦਾ ਹੋਊਗਾ, ਚੰਗੀ ਤਰ੍ਹਾਂ ਦੌੜਾਂ ਚੰਗੀਆਂ ਲਾ ਰਿਹਾ। ਮਿਕਸ ਮਾਸਟਰਿੰਗ ਭਾਨੂ ਠਾਕੁਰ ਦੀ ਹੈ ਜੀ, ਇਹਦੇ ਵਿੱਚ ਬੌਬ ਰੰਧਾਵਾ ਅਸਿਸਟੈਂਟ ਡਾਇਰੈਕਟਰ ਨੇ, ਜੋਸਨ ਬ੍ਰਦਰਸ ਨੇ ਇਹਦੀ ਵੀਡੀਓ ਬਣਾਈ ਹੈ ਜੀ ਜੀ ਜੀ। ਔਰ ਜਿਹੜੀ ਫੀਮੇਲ ਮਾਡਲ ਲਈ ਗਈ ਹੈ ਉਹਦਾ ਨਾਮ ਹੈ ਨਾਮਿਆ ਸਰਾਫ। ਨਾਮਿਆ ਸਰਾਫ, ਹਾਂਜੀ ਹਾਂਜੀ। ਤੇ ਅਗਰ ਗੱਲ ਕਰੀਏ ਵਾਈਟ ਹਿੱਲ ਪ੍ਰੋਡਕਸ਼ਨਸ ਦੀ ਇਹ ਪੇਸ਼ਕਸ਼ ਹੈ। ਨਾਮਿਆ ਸਰਾਫ ਸੁਣਿਆ ਹੈ ਪਹਿਲਾਂ ਵੀ ਨਾਮ ਕਰ ਚੁੱਪ ਚੁੱਪ ਵਿੱਚ ਹੀ ਜਾਵੀ ਤੇ ਸ਼ੋਰ ਨਾ ਕਰੀ। ਕਰ ਚੁੱਪ ਚੁੱਪ ਵਿੱਚ ਹੀ ਜਾਵੀ ਤੇ ਸ਼ੋਰ ਨਾ ਕਰੀ। ਸ਼ੋਰ ਕਰਨਾ ਵੀ ਨਹੀਂ ਚਾਹੀਦਾ ਜੀ, ਗੱਲ ਮਤਲਬ ਪਿਆਰ ਦੀ, ਇਸ਼ਕ ਦੀ, ਮੁਹੱਬਤ ਦੀ ਗੱਲ, ਫਿਰ ਹੌਲੀ ਹੌਲੀ ਸ਼ੋਰ ਕਰਕੇ ਥੋੜੀ ਹੁੰਦੀ ਹੈ। ਸ਼ੋਰ ਪੈ ਜੇ ਫਿਰ ਚੌਂਕ 'ਚ ਕਈ ਵਾਰ ਪੈ ਵੀ ਜਾਂਦੀ ਹੈ, ਪੈ ਵੀ ਜਾਂਦੀ ਹੈ ਜੀ। ਇਸ਼ਕ ਦੀ ਗੱਲ ਥੋੜੀ ਜੀ ਪਿਆਰ ਨਾਲ ਥੋੜੀ ਮਤਲਬ ਚੁੱਪਚਾਪ ਹੀ ਕਰਨੀ ਚਾਹੀਦੀ ਹੈ, ਇਸ਼ਕ ਦੀ ਤਾਂ ਥੋੜੀ ਜੀ ਹੌਲੀ ਹੋਣੀ ਚਾਹੀਦੀ ਹੈ ਹਨਾ। ਪਰ ਇਹਨਾਂ ਨੇ ਢੋਲ ਵਜਾ ਕੇ ਕੀਤੀ ਔਰ ਇਹੋ ਜਿਹਾ 뮤직 ਪਾਇਆ, ਬੜਾ ਵਧੀਆ ਆਨੰਦ ਆ ਗਿਆ। ਇਹ ਫਿਰ 뮤직 ਵੀ ਚੀਤੇ ਨੇ ਕੀਤਾ ਜੀ, ਫਿਰ ਜ਼ੋਰਦਾਰ ਹੀ ਹੋਊਗਾ 뮤직। ਜੀ 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 ਬਿਲਕੁਲ। ਤੇ ਬੋਲਾਂ ਬਾਰੇ ਪਹਿਲਾਂ ਦੱਸੋ, ਬੋਲ ਤਾਂ ਤੁਸੀਂ ਦੱਸਿਆ ਬਹੁਤ ਵਧੀਆ ਲੱਗੇ, ਹੋਰ ਕੁਝ ਬੋਲਾਂ ਦੇ ਵਿੱਚ? ਦੇਖੋ ਜੀ, ਬੋਲ ਬਹੁਤ ਵਧੀਆ ਲੱਗੇ, ਪਰ ਬੋਲਾਂ ਦੇ ਵਿੱਚ ਜਿਹੜੇ ਗਾਣੇ ਦੇ ਜਿਹੜੇ ਲਿਰਿਕਸ ਨੇ ਨਾ, ਇਹ 'ਚ ਕਿਤੇ ਨਾ ਕਿਤੇ ਬਹੁਤ ਹੀ ਅਮੀਰੀ ਨਹੀਂ, ਟਾਈਮ ਜਿਹਾ ਪਾਸ ਹੀ ਕੀਤਾ ਲੱਗਦਾ। ਜਿਵੇਂ ਕਿ ਤੋਲ ਤੁਕਾਂਤ ਜਿਹੜਾ ਉਹ ਤਾਂ ਪੂਰਾ, ਠੀਕ ਹੈ, ਪਰ ਦੇਖੋ ਜਿਵੇਂ ਕਿੱਥੇ ਹੈ ਜਰਦੀ, ਜੇ ਅਸੀਂ ਕਾਫੀਆ ਜੇ ਅਸੀਂ ਦੇਖੀਏ ਨਾ, ਤੇ ਕਿੱਥੇ ਜਾ ਵੜਦੀ, ਠੀਕ ਹੈ, ਜਿਵੇਂ ਜਰਦੀ ਕਰਦੀ ਸਰਦੀ ਹੈ ਨਾ, ਰਾਈਮਿੰਗ ਹੁੰਦੀ ਹੈ। ਉਸ ਤਰ੍ਹਾਂ ਇੱਥੇ ਕਿਤੇ ਨਾ ਕਿਤੇ ਇਹਨਾਂ ਨੇ ਹੈ ਨਾ ਸ਼ਬਦ ਜਦੋਂ ਜੋੜਨ ਲੱਗੇ ਨਾ, ਕਵੀ ਦੇ ਦਿਮਾਗ ਵਿੱਚ ਪੂਰੀਆਂ ਗੱਲਾਂ ਬਹੁਤ ਆਉਂਦੀਆਂ ਨੇ। ਪਰ ਇੱਥੇ ਜਿਵੇਂ ਕਿੱਥੇ ਜਰਦੀ ਕਿੱਥੇ ਜਾ ਵੜਦੀ, ਠੀਕ ਹੈ, ਅੱਗੇ ਫੇਰ ਲਾ ਲਓ ਜੀ, ਅੱਗੇ ਹੈਗੇ ਜੀ, ਅੱਖਾਂ ਅੱਖਾਂ ਨਾਲ ਮਿਲਾ ਕੇ ਛੇੜ ਇਸ਼ਕੇ ਦਾ ਰਾਗ ਤੂੰ। ਹੁਣ ਰਾਗ ਦੇ ਨਾਲ ਜੀ ਬਹੁਤ ਕੁਛ ਆ ਜਾਂਦਾ, ਰਾਗ ਤੂੰ ਬਨੇਰੇ ਤੇ ਬੋਲਣ ਕਾਗ ਵਗੈਰਾ ਵਗੈਰਾ ਹੈ ਨਾ, ਠੀਕ ਹੈ। ਹੁਣ ਆਪਾਂ ਜੇ ਬਾਹਲਾ ਹੀ ਕਿਤੇ ਕਿਸੇ ਨੂੰ ਨਾ ਮਿਲੇ ਸ਼ਬਦ, ਉਹ ਕਹਿ ਦਿੰਦਾ ਵਿੱਚ ਸਰੋਂ ਦਾ ਸਾਗ ਵੀ ਬਣਾਉਂਦਾ, ਸਾਗ ਵੀ ਬਣ ਜਾਂਦਾ। ਮਤਲਬ ਕਹਿਣ ਦਾ ਭਾਵ ਹੈ ਜੀ ਕਿ ਰਾਗ ਦੇ ਨਾਲ ਮਿਲਦਾ ਜੁਲਦਾ ਨਹੀਂ ਹੋਣਾ ਚਾਹੀਦਾ ਸੀ, ਪਰ ਇਹਨਾਂ ਨੇ ਇਹ ਕਿੱਥੋਂ ਤੱਕ ਜਦ ਤੱਕ ਬੋਲਣਗੇ, ਬੋਲਣ ਦੇ ਹੀ ਸਾਜ਼ਾਂ ਨੂੰ, ਛੇੜ ਇਸ਼ਕੇ ਦਾ ਰਾਗਾਂ ਨੂੰ ਬੋਲਣਗੇ ਸਾਜ਼ਾਂ ਨੂੰ। ਸੋ ਜੇ ਗੱਲ ਕਰੀਏ ਟਾਈਮ ਪਾਸ, ਜੇ ਮਤਲਬ ਲਿਰਿਕਸ ਨੇ ਮਤਲਬ ਜ਼ਿਆਦਾ ਟਾਈਮ ਜਿਹਾ ਨਹੀਂ ਲਾਇਆ ਗਿਆ ਵੀ ਲਿਖਣ 'ਤੇ, ਲਿਖਣ 'ਤੇ ਦੇਖੋ ਦਿੱਕਤ ਕਿੱਥੇ ਆ ਜਾਂਦੀ ਹੈ ਕਿ ਅੱਗੇ ਚਾਰ ਹੁਣ ਇਹ ਕਾਹਲੀ ਹੁੰਦੀ ਹੈ ਗਾਣਿਆਂ ਦੀ, ਠੀਕ ਹੈ, ਇਹਨੂੰ ਮੈਨੂੰ ਵੀ ਸਮਝ ਨਹੀਂ ਆਉਂਦੀ। ਪਹਿਲਾਂ ਚਾਰ ਪਹਿਲਾਂ 7-7 ਮਿੰਟ ਦੇ ਗਾਣੇ ਹੁੰਦੇ ਸੀ, 6-6, 8-8 ਅੰਤਰੇ, ਹਾਂਜੀ ਹਾਂਜੀ ਹਾਂਜੀ, ਫਿਰ 4 ਹੋਣ ਲੱਗ ਗਏ, ਫਿਰ 3, ਹੁਣ ਤਾਂ 2-2 ਤੇ ਵੀ ਗੱਲ ਆ। ਹੈਪੀ ਜੀ ਪਹਿਲਾਂ 4 ਹੁੰਦੇ ਸੀ, ਫਿਰ 3, ਹੁਣ 2-2 ਤੇ। ਮੈਨੂੰ ਲੱਗਦਾ ਇੱਕ ਦਿਨ ਨਾ ਕਿਸੇ ਇੱਕ ਲਾਈਨ ਦਾ ਹੀ ਗਾਣਾ ਆ ਜਾਊਗਾ, ਫਿਰ ਇੱਕ ਲਾਈਨ ਚੱਲੀ ਜਾਏਗਾ ਗਾਣੇ 'ਚ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਦਿੱਕਤ ਪਤਾ ਕਿੱਥੇ ਹੈ, ਕਾਹਲੀ ਹੁੰਦੀ ਹੈ, ਪ੍ਰੋਡਿਊਸਰ ਕਹਿ ਦਿੰਦਾ ਜੀ ਗਾਣਾ ਚਾਹੀਦਾ ਲਿਖੋ ਫਟਾਫਟ, ਅੱਜ ਕੱਲ੍ਹ ਦੀ ਲਾਈਫ ਬਹੁਤ ਬਿਜ਼ੀ ਹੈ, ਉਹਨਾਂ ਨੇ ਕਹਿੰਦਾ ਫਟਾਫਟ ਜੀ ਕੱਢ ਦੇਣਾ ਸੀ, ਠੀਕ ਹੈ, ਤਾਂ ਉਹਨੂੰ ਕਿਹਾ ਜਾਂਦਾ ਕਿ ਜੀ 2 ਕੁ ਪੈਰੇ ਬਣਾ ਦੇ, ਤਾਂ ਫਿਰ ਉਹਨੇ ਫਟਾਫਟ ਜੀ ਵਾਈਟ ਹਿੱਲ ਵਾਲੇ ਚੰਗਾ ਪੈਸਾ ਲਾਉਂਦੇ ਨੇ ਗਾਣਿਆਂ ਤੇ, ਫਿਰ ਰਾਈਟਰ ਤੇ ਵੀ ਤਾਂ ਜ਼ੋਰ ਦਿੰਦੇ ਹੋਣਗੇ ਵੀ ਟਾਰਗੇਟ ਤੇ ਦੇ। ਨੋ, ਡੈਡਲਾਈਨ ਵੀ ਤਾਂ ਦਿੰਦੇ ਹੋਣਗੇ। ਦੇਖੋ ਗੱਲ ਇਹ ਹੈ ਕਿ ਅੱਜ ਕੱਲ੍ਹ ਇੱਕ ਟ੍ਰੈਂਡ ਬਣ ਚੁੱਕਿਆ ਕਿ ਵਰਡਿੰਗ ਜਿੱਦਾਂ ਦੀ ਮਰਜ਼ੀ ਹੋਵੇ, 뮤직 ਟੌਪ ਦਾ ਹੋਣਾ ਚਾਹੀਦਾ, ਫਿਲਮਾਂਕਨ ਥੋੜਾ ਜਿਹਾ ਗਲੈਮਰ ਵਾਲਾ ਹੋਵੇ, ਤੇ ਫਿਰ ਗਾਣਾ ਆਪਣੇ ਆਪ ਰੁੜ ਕੇ ਚੱਲ ਪੈਂਦਾ।
ਤੇ ਜਦੋਂ ਹਨਾ ਮਿਊਜ਼ਿਕ ਦੇਖੋ ਪਹਿਲਾਂ ਤਾਂ ਦੋ ਤਰ੍ਹਾਂ ਦਾ ਮਿਊਜ਼ਿਕ ਹੁੰਦਾ, ਇੱਕ ਤਾਂ ਮਿਊਜ਼ਿਕ ਹੁੰਦਾ ਜੀ ਪੀਸਫੁਲ ਜਾਂ ਮੈਲੋਡੀਅਸ, ਇੱਕ ਹੁੰਦਾ ਦੇ ਤਰੇ ਦੀ ਲੈ ਤਰੇ ਦੀ, ਜਿਹੜਾ ਵਿਆਹ ਦੇ ਵਿੱਚ ਵੱਜਣਾ ਹੁੰਦਾ ਤੂਤਕ ਤੂਤਕ ਦੂਤੀਆਂ ਹਨਾ ਕੰਜਰੀ ਕਲੋਲ ਕਰ ਗਈ ਜਸਟ ਲਾਈਕ ਦਿਸ, ਹਾਂ ਇਹ ਗਾਣਾ ਹੈਗਾ, ਇਹ ਗਾਣਾ ਬਹੁਤ ਅੱਛਾ ਹੈ, ਸੂਦਿੰਗ ਜਿਹਾ ਗਾਣਾ, ਹਾਂ ਹਾਂ ਅੱਛਾ ਹੈ, ਫਿਰ ਵੀ ਮਤਲਬ ਅੱਛਾ ਕਿਹਾ ਜਾ ਸਕਦਾ ਇਹਦੇ ਬੋਲਾਂ ਨੂੰ, ਠੀਕ ਹੈ, ਚਾਹੇ ਘੱਟ ਹੀ ਨੇ। ਜਿੱਥੋਂ ਤੱਕ ਗੱਲ ਕਰੀਏ ਬੋਲਾਂ ਦੀ, ਇੱਥੇ ਮਿੱਠਾ ਸੂਤ ਹੀ ਹੈ। ਅੱਛਾ ਜੀ ਜੀ ਜੀ, ਅਤੇ ਅੱਛਾ ਹੁਣ ਬੋਲਾਂ ਦੇ ਨਾਲ ਗੱਲ ਸੁਰਤਾਲ ਦੀ ਵੀ ਕਰ ਲੈਂਦੇ ਹਾਂ। ਹਾਂਜੀ, ਅਤੇ ਮਿਊਜ਼ਿਕ ਤਾਂ ਜਿਵੇਂ ਦੱਸਿਆ ਵੀ ਤਾਲ ਤਾਂ ਬਹੁਤ ਵਧੀਆ, ਅਤੇ ਸੁਰ ਕਿੱਦਾਂ ਲੱਗੇ ਸਾਡੇ ਸੱਜਣ ਦੀ ਵੀ ਮੁੰਡੇ ਨੇ ਸੁਰ ਕਿਹੋ ਜਿਹੇ ਲਾਏ? ਸੌਰਵ ਜੀ ਮੁੰਡੇ ਦੇ ਬਾ ਕਮਾਲ ਨੇ, ਬਹੁਤ ਅੱਛੇ ਨੇ, ਪਰ ਜੇ ਕਿੱਧਰੇ ਇਹ ਇੱਕ ਜਾਂ ਅੱਧਾ ਸੁਰ ਨੀਵਾ ਗਾ ਲੈਂਦਾ ਤਾਂ ਇਹੀ ਗਾਣਾ ਇਹਨੇ ਕਮਾਲ ਦਾ ਨਿਭਾਉਣਾ ਸੀ। ਹੁਣ ਇੱਥੇ ਪਤਾ ਕੀ ਹੈ, ਇੱਥੇ ਜ਼ੋਰ ਜ਼ਿਆਦਾ ਲੱਗ ਰਿਹਾ ਅਤੇ ਕਿਤੇ ਨਾ ਕਿਤੇ ਇਹਦੇ ਗਲੇ ਦੇ ਵਿੱਚ ਤੁਸੀਂ ਗੌਰ ਨਾਲ ਗਾਣਾ ਸੁਣੋਗੇ ਬੜਾ ਖਿੱਚਵਾਂ ਜਿਹਾ ਗਾ ਰਿਹਾ, ਖਰਾਸ਼ ਖਿੱਚਵਾਂ ਜਿਹਾ ਬੜਾ ਖਿੱਚਵਾਂ ਜਿਹਾ ਗਾ ਰਿਹਾ। ਅਤੇ ਜਦੋਂ ਇਹ ਗਾਣਾ ਜਿਹੜਾ ਐਕਟਰ ਹੈ ਚਾਹੇ ਅਦੇਵ ਹੀ ਐਕਟਰ ਹੈ ਅਤੇ ਜਦੋਂ ਇਹਦੇ ਫੇਸ ਦੇ ਨਾਲ ਉਹ ਗਾਣਾ ਜਦੋਂ ਹੈ ਨਾ ਉਹਦੇ ਨਾਲ ਸਿੰਕਰਨਾਈਜ਼ ਹੁੰਦਾ ਅਤੇ ਉੱਥੇ ਫਿਰ ਕਿਤੇ ਨਾ ਕਿਤੇ ਖਟਕਦਾ ਕਿਉਂਕਿ ਇਹਨੂੰ ਬੜਾ ਹਾਈ ਪਿੱਚ 'ਤੇ ਗਾਣਾ ਗਾ ਰਿਹਾ। ਤੁਸੀਂ ਨੋਟ ਕਰੋਗੇ ਕਿਤੇ ਨਾ ਕਿਤੇ ਗਾਣੇ ਦੇ ਵਿੱਚ ਐਂ ਲੱਗਦਾ ਬੜਾ ਜ਼ੋਰ ਲਾ ਕੇ ਗਾ ਰਿਹਾ। ਇੱਕ ਤਾਂ ਗਾਣਾ ਹੁੰਦਾ ਛਾਤੀ ਦਾ ਜ਼ੋਰ ਲਾ ਕੇ ਗਾਉਣਾ, ਇੱਕ ਗਲੇ ਦਾ ਜ਼ੋਰ ਲਾ ਕੇ ਗਾਉਣਾ, ਇੱਕ ਦੇ ਜ਼ੋਰ ਨਾਲ ਤਾਂ ਜਿਵੇਂ ਮਿਰਜ਼ਾ ਹੈ, ਮਿਰਜ਼ਾ ਇੱਕ ਦੇ ਜ਼ੋਰ ਤੋਂ ਬਿਨਾਂ ਗਾਇਆ ਹੀ ਨਹੀਂ ਜਾਂਦਾ। ਸੋ ਇਸ ਤਰ੍ਹਾਂ ਜਿਹੜਾ ਇਹ ਗਾਣਾ ਇਹ ਗਲੇ ਦੇ ਨਾਲ ਗਾਇਆ ਗਿਆ, ਗਲੇ ਵਿੱਚ ਸੋਸ ਬਹੁਤ ਵਧੀਆ, ਗਲੇ ਦੇ ਵਿੱਚ ਆਵਾਜ਼ ਅੱਛੀ, ਸੁਰ ਵਧੀਆ, ਸਾਡੇ ਸੁਰ ਬੜੇ ਵਧੀਆ ਨੇ, ਕਮਾਲ ਦੇ ਸੁਰ ਨੇ, ਪਰ ਜੇ ਅੱਧਾ ਸੁਰ ਥੱਲੇ ਹੁੰਦਾ ਇਹ ਗਾਣਾ ਕਮਾਲ ਕਰ ਦੇਣਾ ਸੀ, ਇੰਨਾ ਕੁ ਥੱਲੇ ਕਰ, ਹਾਂ ਇੰਨਾ ਕੁ ਇੰਨਾ ਕੁ ਇੰਨਾ ਕੁ, ਇਹਦੇ ਵਿੱਚ ਇਹਦਾ ਕਸੂਰ ਨਹੀਂ, ਇਹਦੇ ਵਿੱਚ ਚੀਤੇ ਨੇ ਕੰਮ ਗਲਤ ਕੀਤਾ, ਚੀਤੇ ਨੇ ਕਿ ਚੀਤਾ ਥੋੜਾ ਜਿਹਾ ਦਹਾੜ ਦਾ ਮਤਲਬ ਉੱਚੀ ਆਵਾਜ਼ ਚ ਤੇ ਉਹਨੇ ਫਿਰ ਦਹਾੜ ਜੀ ਲਾਤੀ ਜਾਂਦਾ ਜੀ, ਸੁਰਾਂ ਚ ਵੀ ਦਹਾੜ ਲਾ ਜੀ, ਬਿਲਕੁਲ ਬਿਲਕੁਲ, ਤੇ ਸੁਰ ਵੀ ਤੁਸੀਂ ਦੱਸ ਲਿਆ ਹੁਣ, ਸੁਰ ਵੀ ਵਧੀਆ ਨੇ ਜੀ, ਉਦਾਂ ਠੀਕ ਹੈ, ਚਲੋ ਅੱਧਾ ਕੁ ਸੁਰ ਇੰਨਾ ਕੁ ਕੱਟਣਾ ਸੀ ਕਰ ਲੈਂਦੇ ਘੱਟ, ਕੋਈ ਗੱਲ ਨਹੀਂ। ਇੱਕ ਚੀਜ਼ ਹੋਰ ਦੇਖੋ ਚੀਤਾ ਜੀ, ਅੱਗੇ ਤੋਂ ਸੁਰ ਇੰਨਾ ਕੁ ਕੱਟ ਲਿਆ ਕਰੋ ਜੇ ਸਾਡਾ ਪ੍ਰੋਗਰਾਮ ਦੇਖ ਰਹੇ, ਦੇਖ ਲਿਓ ਹਾਂ ਸੱਜਣਦੀਪ ਜੀ ਦਾ ਜਦੋਂ ਗਾਣਾ ਲਾਉਂਗੇ ਜੀ। ਤੇ ਇੱਕ ਗੱਲ ਦੇਖੀ ਜਾਵੇ ਜੀ, ਗਾਣਾ ਐਕਚੁਅਲੀ ਤਾਂ ਹੈਗਾ ਕੁੜੀ ਵੱਲੋਂ, ਹਾਂਜੀ, ਕੁੜੀ ਮੁੰਡੇ ਨੂੰ ਕਹਿ ਰਹੀ ਹੈ, ਹਾਂਜੀ, ਗਾ ਰਿਹਾ ਮੁੰਡਾ, ਨਹੀਂ ਉਹ ਕੋਈ ਗੱਲ ਨਹੀਂ। ਦੇਖੋ ਗਾਣਾ ਹੈ ਜਿਹੜਾ ਇਹ ਹੁਣ ਸੱਜਣਦੀਪ ਦਾ ਆਪਣਾ ਗਾਣਾ ਹੈ, ਤੋ ਇੱਥੇ ਕੋਈ ਇਹ ਵੱਡੀ ਗੱਲ ਨਹੀਂ, ਇਹ ਖੁੱਲ੍ਹ ਹੁੰਦੀ ਹੈ ਮਿਊਜ਼ਿਕ ਦੇ ਵਿੱਚ ਕਿ ਤੁਸੀਂ ਫੀਮੇਲ ਸੌਂਗ ਨੂੰ ਖੁਦ ਮੇਲ ਵੀ ਗਾ ਸਕਦੇ, ਮੇਲ ਨੂੰ ਫੀਮੇਲ। ਮੈਨੂੰ ਇੱਕ ਚੀਜ਼ ਜੀ ਖੜਕੀ ਵੀ, ਤੁਸੀਂ ਉੱਥੇ ਫਿਰ ਸਿੰਕ ਜਿਹੜੇ ਲੈ ਰਹੇ ਹੋ ਉਹ ਵੀ ਮੇਲ ਦੇ ਲੈ ਲੈਂਦੇ ਹੋ। ਹੁਣ ਬੱਬੂ ਮਾਂਜੀ ਦਾ ਵੀ ਗਾਣਾ ਆਇਆ ਸੀ, ਇਸੇ ਲਈ ਪਾਇਆ ਤੈਨੂੰ ਖੱਤ ਸੋਹਣਿਆ, ਵੀ ਸਾਡੇ ਫੋਨ ਹੈ ਨੀ ਟੈਲੀਫੋਨ ਸੱਜਣਾ, ਉਹ ਚ ਜਦੋਂ ਸਿੰਕਰੋਨਾਈਜੇਸ਼ਨ ਆਏ ਸੀਗੇ ਉਹਦੇ ਚ ਕੁੜੀ ਦੇ ਸ਼ੂਟ ਲਏ ਗਏ ਸੀ, ਹੈ ਨਾ, ਇਹਦੇ ਚ ਵੀ ਕੁੜੀ ਬੋਲਦੀ ਦਿਖਾ ਦਿੰਦੇ, ਹਾਂ ਦਿਖਾ ਦਿੰਦੇ, ਮੈਂ ਫੀਲਿੰਗਸ ਉਸ ਤਰ੍ਹਾਂ ਦੀਆਂ ਦਿਖਾ ਦਿੰਦੇ ਨਾ ਕੁੜੀ ਦੀਆਂ, ਸ਼ਾਰਟ ਜ਼ਿਆਦਾ ਉਹਦੇ ਉਹ ਦਿਖਾ ਦਿੰਦੇ, ਮੁੰਡੇ ਦੇ ਸਿੰਕ ਤਾਂ ਮੈਨੂੰ ਸਮਝ ਨਹੀਂ ਆ, ਮੁੰਡੇ ਤੇ ਸਿੰਕ ਨਹੀਂ ਸੀ ਇੱਥੇ, ਇੱਥੇ ਇਸੇ ਤਰ੍ਹਾਂ ਨਾ ਕਿਤੇ ਨਾ ਕਿਤੇ ਤਾਂ ਕੋਈ ਕਮੀ, ਜਦੋਂ ਕਾਹਲੀ 'ਚ ਪ੍ਰੋਜੈਕਟ ਕੀਤਾ ਜਾਂ ਮੈਨੂੰ ਲੱਗਦਾ ਪ੍ਰੋਜੈਕਟ ਥੋੜ੍ਹਾ ਜਿਹਾ ਕਾਹਲੀ 'ਚ ਕਰਤਾ। ਅੱਛਾ, ਜਿੱਥੋਂ ਤੱਕ ਮੇਰਾ ਸਵਾਲ ਹੈ ਕਿ TRP ਜਿਹੜੀ ਹੈ ਉਹ TRP ਇਹਨਾਂ ਨੂੰ ਪਤਾ ਹੀ ਹੁੰਦਾ ਕਿ ਕਿਵੇਂ ਲੈਣੀ ਹੈ ਕਿਵੇਂ ਨਹੀਂ, ਉਹ ਇੰਨਾ ਟਾਈਮ ਹੋ ਗਿਆ, ਕੋਈ ਛੋਟਾ ਨਾਮ ਤਾਂ ਹੈ ਨਹੀਂ ਉਹਨਾਂ ਨੂੰ, ਪਤਾ ਹੀ ਹੈ ਅੰਦਰ ਦਾ ਸਾਰਾ। ਅਤੇ ਇੱਕ ਗੱਲ ਹੋਰ ਹੈ, ਜਿਹੜਾ ਵੀਡੀਓਗ੍ਰਾਫੀ ਹੈ, ਵੀਡੀਓਗ੍ਰਾਫੀ ਕਮਾਲ ਦੀ ਹੈ, ਜੋਸਨ ਬ੍ਰਦਰ ਜੀ ਜੋ ਸੈੱਟ ਲਾਇਆ ਗਿਆ, ਜੋ ਜਿੱਥੇ ਜਿੱਥੇ ਸ਼ੂਟ ਹੈ, ਜਿਹੜੀ ਲੋਕੇਸ਼ਨਸ ਨੇ, ਲੋਕੇਸ਼ਨਸ ਦੇ ਬਾਈ ਜੀ ਲੋਕੇਸ਼ਨ ਹੰਟਰ ਸੀ ਜਿਹੜੇ ਇਹਨਾਂ ਦੇ, ਉਹ ਨੰਬਰ ਲੈ ਗਏ ਨੇ ਜੀ। ਲਓ ਜੀ ਤਾੜੀਆਂ ਮਾਰਦੇ ਫਿਰ, ਬਿਲਕੁਲ ਬਿਲਕੁਲ ਬਿਲਕੁਲ, ਉਹਨਾਂ ਦੇ ਨਾਲ ਇੱਕ, ਹਾਂ ਜੀ, ਖਾਸ ਤੌਰ 'ਤੇ ਤਾੜੀਆਂ ਜੋਸਨ ਭਰਾਵਾਂ ਅਤੇ ਉਹਦੀ ਪੂਰੀ ਟੀਮ ਵਾਸਤੇ ਤਾੜੀਆਂ ਨੇ ਜੀ, ਉਹਦੀ ਪ੍ਰੋਡਕਸ਼ਨ ਮਨਜੋਤ ਬਾਜਵਾ ਜੀ। ਅੱਛਾ, ਇੱਕ ਗੱਲ ਮੈਨੂੰ ਹੋਰ ਨਹੀਂ ਸਮਝ ਲੱਗੀ, ਹਾਂਜੀ, ਪਹਿਲਾਂ ਤਾਂ ਕਹਿ ਰਹੀਏ ਕਿ ਗੱਲ ਚੁੱਪ ਚੁੱਪ ਵਿੱਚੀ ਜਾਵੀ, ਸ਼ੋਰ ਨਾ ਕਰੀ ਯਾਰ, ਦੂਜੇ ਪਾਸੇ ਉਹਦੇ ਬਾਪੂ ਜੀ ਦੇ ਨਾਲ ਮਠਿਆਈ ਦਾ ਡੱਬਾ ਵੀ ਦੇਤਾ। ਹਾਂ, ਉਹ ਮਤਲਬ ਐਂਡ 'ਚ ਤਾਂ ਬਾਪੂ ਨੇ ਉਹਦਾ ਕੁੜੀ ਦਾ ਹੱਥ ਦਿੱਤਾ ਮੁੰਡੇ ਦੇ ਹੱਥ 'ਚ, ਮੈਨੂੰ ਇਹ ਵੀ ਸਮਝ ਨਹੀਂ ਆਇਆ ਵੀ ਵੀਡੀਓ 'ਚ ਇਹਨੂੰ ਪਹਿਲਾਂ ਤਾਂ ਬਾਪੂ ਜੀ ਨੂੰ ਪਤਾ ਕਿਵੇਂ ਲੱਗਿਆ? ਪਤਾ ਹੁਣ ਸਮਝ ਨਹੀਂ ਆ ਰਹੀ, ਅੱਗੇ ਕੁਛ ਇਸ ਤਰ੍ਹਾਂ ਦੀ ਵੀ ਸਟੋਰੀ ਹੈ ਕਿ ਇਹ ਭਾਈ ਸਾਹਿਬ ਜਿਹੜੇ ਨੇ ਹੀਰੋ, ਹਾਂਜੀ ਹੀਰੋ ਕਹਿ ਸਕਦੇ ਹਾਂ ਅਸੀਂ, ਹੀਰੋ ਜੇ ਨਾਮ ਨਾ ਲਈ, ਤਾਂ ਇਹ ਹੀਰੋਇਨ ਦੇ ਬਾਪੂ ਜੀ ਕੋਲੋਂ ਜਿਨ੍ਹਾਂ ਨੇ ਗਾਣੇ ਦੇ ਵਿੱਚ ਉਹਨਾਂ ਨੂੰ ਸ਼ਗਨ ਫੜਾਇਆ ਤੇ ਉਹਨਾਂ ਦੇ ਕੋਲ ਮਿਊਜ਼ਿਕ ਸਿੱਖਦੇ ਹੁੰਦੇ। ਇਹ ਤੁਸੀਂ ਤੁਹਾਨੂੰ ਯਾਦ ਹੋਊਗਾ 1999 ਦੇ ਵਿੱਚ, ਅਰੇ ਤੁਸੀਂ ਯਾਦ ਕਰੋ 1999 ਚ ਇੱਕ ਫਿਲਮ ਆਈ ਸੀ ਹਮ ਦਿਲ ਦੇ ਚੁੱਕੇ ਸਨ, ਹਾਂਜੀ ਹਾਂਜੀ ਹਮ ਦਿਲ ਦੇ, ਉਹ ਚ ਵੀ ਕੁਛ ਏਦਾਂ ਦੀ ਸਟੋਰੀ ਸੀ, ਔਰ ਪੂਰੀ ਜੇ ਤੁਸੀਂ ਗਾਣਾ ਦੇਖੋ ਨਾ ਤਾਂ ਏਦਾਂ ਹੀ ਲੱਗਦਾ ਵੀ ਸਟੋਰੀ ਪੂਰੀ ਉਸੇ ਫਿਲਮ ਤੋਂ ਲੈ ਕੇ ਸਮਰੀ ਜੀ ਕਰਤੀ ਹੈ ਉਸ ਸਟੋਰੀ ਦੀ। ਇਹਦੇ ਵਿੱਚ ਵੀ ਪਹਿਲਾਂ ਉੱਥੇ ਜਾਂਦਾ ਉਹ ਗਾਣਾ ਸਿੱਖਣ ਜਾਂਦਾ ਤੇ ਉੱਥੇ ਆਪਸ ਚ ਇਹਨਾਂ ਨੂੰ ਪਿਆਰ ਹੋ ਜਾਂਦਾ ਹੈ ਜੀ ਜੀ, ਉਹ ਚ ਹਾਲਾਂਕਿ ਫਿਲਮ ਚ ਤਾਂ ਚਲੋ ਵੀ ਇਹ ਵੀ ਵੱਖ ਵੱਖ ਵੀ ਹੋ ਗਏ ਸੀ, ਸਲਮਾਨ ਖਾਨ ਲੱਭਦਾ ਵੀ ਫਿਰਦਾ ਰਿਹਾ ਭਟਕਦਾ, ਉਹ ਐਸ਼ਵਰੀਆ ਰਾਏ ਸੀਗੀ ਉਹ ਫਿਲਮ ਚ ਜਿਹੜੀ ਲੱਭਦੀ ਫਿਰਦੀ ਸੀ ਸਲਮਾਨ ਖਾਨ ਨੂੰ ਬਾਅਦ ਚ, ਇਹ ਚ ਚਲੋ ਉਹ ਸੀਨ ਨਹੀਂ ਹੋਇਆ, ਹਾਲਾਂਕਿ ਉਹ 3 ਘੰਟੇ ਦੀ ਮੂਵੀ ਸੀ, 4 ਘੰਟੇ ਦਾ ਗਾਣਾ ਹੈ, ਪਰ ਸਮਰੀ ਲੱਗਦਾ ਵੀ ਸਟੋਰੀ ਸਾਰੀ ਉੱਥੋਂ ਲੱਗੀ ਤੇ ਸਟੋਰੀ ਕਨਸੈਪਟ
ਸਾਨੂੰ ਉੱਥੇ ਲੱਗ ਰਿਹਾ ਵੀ ਕਿਤੇ ਥੋੜ੍ਹਾ ਬਹੁਤ ਤੁਸੀਂ ਪਰਚੀ ਚਲਾ ਲਈ ਹੈ। ਬਿਲਕੁਲ ਬਿਲਕੁਲ, ਪਰਚੀ ਚੱਲ ਗਈ ਆ ਉੱਥੇ। ਬਾਕੀ ਜਿਹੜੇ ਰਾਗ ਵਿੱਚ ਇਹ ਗਾਣਾ ਬਣਿਆ ਨਾ ਜੀ, ਉਹ ਰਾਗ ਦੇ ਵਿੱਚ ਜਿੰਨੇ ਵੀ ਗਾਣੇ ਹੁਣ ਤੱਕ ਬਣੇ ਨੇ ਉਹ ਹਿੱਟ ਹੀ ਗਏ ਨੇ। ਅੱਛਾ, ਇਹ ਮੈਨੂੰ ਖੈਰ ਮਿਊਜ਼ਿਕ ਦੀ ਬਹੁਤ ਜ਼ਿਆਦਾ ਨੌਲੇਜ ਹੈ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਵੀ ਰਾਗ ਕਿਹੜਾ ਹੈ। ਰਾਗ ਜਿਸ ਤਰ੍ਹਾਂ ਜੀ, ਮਤਲਬ ਗਾਣਾ ਨਹੀਂ ਹੈਗਾ ਤੁਹਾਡਾ ਪਤਝੜ ਸਾਵਣ ਬਸੰਤ ਬਹਾਰ, ਇਹ ਇਸੇ ਵਿੱਚ ਹੈ ਜੀ ਗਾਣਾ। ਅਤੇ ਬਾਕੀ ਰਹੀ ਗੱਲ ਇੱਕ ਹੋਰ, ਇਹਨੂੰ ਬਾਈਂਡ ਅਪ ਹੁਣ ਆਪਾਂ ਕਰੀਏ ਕਿਉਂਕਿ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ। ਸਮਾਂ ਵੀ ਹੋ ਗਿਆ, ਪਰ ਸੰਗੀਤ ਦੀ ਗੱਲ ਆਪਾਂ ਕਰ ਲੈਂਦੇ ਕਰੇ। ਹਾਂ, ਸੰਗੀਤ ਦੀ ਜਿਹੜੀ ਗੱਲ ਕਰਦੇ ਆਪਾਂ ਕਿ ਸੰਗੀਤ ਇਹਦਾ ਓਵਰਆਲ ਦੇਖਿਆ ਜਾਵੇ ਤਾਂ ਸੰਗੀਤ ਕਮਾਲ ਦਾ ਹੈ। ਕਮਾਲ ਦਾ, ਚੀਤੇ ਚੀਤੇ ਨੂੰ ਫੁੱਲ ਨੰਬਰ, ਚੀਤੇ ਨੂੰ ਜੰਗਲ ਖੁੱਲਾ ਛੱਡਦਾ ਨੇ ਆਪਾਂ, ਚੀਤੇ ਨੂੰ ਬੰਦ ਨਹੀਂ ਕਰਨਾ ਉਹਨੂੰ, ਚੀਤੇ ਨੂੰ ਖੁੱਲੇ ਨੰਬਰ ਦੇ ਰਹੇ ਹਾਂ ਜੀ, ਫੁੱਲ ਨੰਬਰ ਦੇ ਰਹੇ ਹਾਂ ਜੀ। ਔਰ ਚੀਤੇ ਨੇ ਮਿਊਜ਼ਿਕ ਦੇ ਪੱਖੋਂ ਜਾਣ ਪਾਤੀ ਹੈ ਜੀ, ਦੇਖੀ ਜਾਣ ਪਾਤੀ ਹੈ ਜੀ ਜੀ ਬਿਲਕੁਲ। ਅੱਛਾ, ਇਹ ਤਾਂ ਹੋ ਗਈ ਜੀ ਮਿਊਜ਼ਿਕ ਦੀ ਗੱਲ, ਹੁਣ ਆਪਾਂ ਸਾਰੀ ਓਵਰਆਲ ਜੇ ਗੱਲ ਕਰ ਲਈਏ, ਓਵਰਆਲ ਗਾਣਾ ਜਿਹੜਾ ਹੈਗਾ ਹੁਣ ਕੱਦੂ ਕਸਤ ਅਸੀਂ ਕਰਤਾ ਇਹਨੂੰ ਚੰਗੀ ਤਰ੍ਹਾਂ ਕਸ ਦਿੱਤਾ। ਵੈਸੇ ਗੱਲ ਹੋਰ ਦੱਸਾਂ ਹੈਪੀ ਜੀ, ਤੁਹਾਡਾ ਨੂੰ ਹੈਪੀ ਹੈ। ਹਾਂਜੀ, ਮੇਰਾ ਇਹ ਗਾਣਾ ਕਿਤੇ ਨਾ ਕਿਤੇ ਇਸ ਕਰਕੇ ਵੀ ਕਾਮਯਾਬ ਹੋ ਰਿਹਾ ਕਿਉਂਕਿ ਇਹਦੀ ਹੈਪੀ ਐਂਡਿੰਗ ਹੈ। ਹੈਪੀ ਐਂਡਿੰਗ, ਹੈਪੀ ਐਂਡਿੰਗ ਹੈ, ਹੈਪੀ ਐਂਡਿੰਗ ਕਰਕੇ ਵੀ ਗਾਣਾ, ਹੈਪੀ ਐਂਡਿੰਗ ਕਰਕੇ ਵੀ ਗਾਣਾ। ਹੁਣ ਤੁਸੀਂ ਦੇਖੋ ਜੀ ਇਹਦੇ ਵਿੱਚ ਇੱਕ ਸੀਨ ਦੇ ਵਿੱਚ, ਹੁਣ ਪਤਾ ਨਹੀਂ ਲੱਗਿਆ ਕਿ ਬਾਪੂ ਨੂੰ ਕਿਵੇਂ ਪਤਾ ਲੱਗ ਗਿਆ, ਤੇ ਬਾਪੂ ਪਹਿਲਾਂ ਮੁੰਡੇ ਦੇ ਕੋਲ ਮਠਿਆਈ ਦਾ ਡੱਬਾ ਭੇਜਦਾ ਤੇ ਮੁੰਡਾ ਇੰਨਾ ਖੁਸ਼ ਹੋ ਜਾਂਦਾ, ਮੋਟੀ ਸਾਰੀ ਜਿਹੜੀ ਚੈਨ ਨਹੀਂ ਕਲਾਕਾਰਾਂ ਦੇ ਪਾਈ ਹੁੰਦੀ ਗਲ 'ਚ, ਮੈਂ ਤਾਂ ਨਾ ਕੱਢ ਕੇ ਦਵਾਂ ਕਿਸੇ ਨੂੰ, ਉਹਨੇ ਪਤਾ ਨਹੀਂ ਕਿੱਥੋਂ ਦਿੱਤੀ ਸੀਗੀ, ਪਰ ਉਹਨੇ ਪੂਰੀ ਚੈਨ ਦਾ ਗੁੱਛਾ ਬਣਾ ਕੇ ਉਹਦੇ ਹੱਥ ਤੇ ਧਰਤਾ ਜੀ ਜੀ, ਡਾਕੀਏ ਦਾ ਡਾਕੀਏ ਕਹਿ ਲਓ ਉਹਨੂੰ ਜਿਹੜਾ ਆਇਆ ਸੀ। ਤੇ ਫਿਰ ਬਾਪੂ ਜੀ ਨੇ ਲਾਸਟ ਵਿੱਚ ਤਾਂ ਸਿਰਾ ਹੀ ਲਾਤਾ, ਸਿਰਾ ਹੀ ਲਾਤਾ ਜੀ, ਤੇ ਹੈਪੀ ਐਂਡਿੰਗ ਹੋਈ ਹੈ। ਇਹ ਹੈਪੀ ਐਂਡਿੰਗ ਕਰਕੇ ਹੀ ਇਹ ਗਾਣਾ ਹੋਰ ਵੀ ਚੱਲੂ ਜੀ, ਹੋਣੀ ਵੀ ਚਾਹੀਦੀ ਅੱਜ ਕੱਲ੍ਹ ਦੀ ਟੈਨਸ਼ਨ ਭਰੀ ਜ਼ਿੰਦਗੀ ਦੇ। ਦੇਖੋ ਜੀ, ਲੋਕ ਚੱਕ ਲਓ ਰਿਵਾਲਵਰ, ਰਫਲਾ, ਗੜਾਸੇ ਵਗੈਰਾ ਸੁਣ ਕੇ ਅੱਕ ਗਏ ਨੇ, ਹੈਪੀ ਐਂਡਿੰਗ ਵਾਲੇ ਮਿੱਠੇ ਮਿੱਠੇ ਗਾਣੇ ਪਸੰਦ ਕਰਦੇ, ਪੋਲੇ ਪੋਲੇ ਜੇ ਸੂਦਿੰਗ ਗਾਣੇ ਜਿਹੜੇ ਆ ਉਹ ਪਸੰਦ ਕਰਦੇ। ਇਹ ਮਿੱਠਾ ਜਿਹਾ ਗਾਣਾ ਤੇ ਲੋਕਾਂ ਨੇ ਮਿੱਠੇ ਤੌਰ ਦੇ ਤੇ ਉੱਤੇ ਹੀ ਲਿਆ, ਔਰ ਵਧੀਆ, ਔਰ ਟ੍ਰੈਂਡਿੰਗ ਨੰਬਰ 1 ਤੇ ਪਹੁੰਚਾਇਆ ਤੇ। ਪਰ ਇਹ ਦੱਸੋ ਹੁਣ ਬਾਕੀ ਸਾਰੀਆਂ ਗੱਲਾਂ ਤਾਂ ਹੋ ਗਈਆਂ, ਹੁਣ ਇਹਨੂੰ ਕੱਦੂ ਕਿੰਨੇ ਕੁ ਦਿੰਦੇ ਹੋ ਤੁਸੀਂ? ਕੱਦੂ ਜੀ ਮੈਂ ਇਹਨਾਂ ਨੂੰ ਦਿੰਦਾ 4.25, 4.25 ਕੱਦੂ, 5 ਦੇਣੇ ਬਣਦੇ ਸੀ ਪਰ ਜਿਹੜੀਆਂ ਥੋੜੀਆਂ ਥੋੜੀਆਂ ਖਾਮੀਆਂ ਨੇ, ਅੱਧਾ ਸੁਰ ਕੱਟਿਆ ਨਹੀਂ ਨਾ ਉਹਦਾ, ਅੱਧਾ ਨੰਬਰ ਕੱਟ ਗਿਆ, ਅੱਧਾ ਨਹੀਂ ਪੌਣਾ ਕੱਦੂ, ਥੋੜਾ ਹਿਸਾਬ ਕਿਤਾਬ ਕਮਜ਼ੋਰ ਲੱਗਦਾ ਮੇਰਾ ਜੀ, ਮੈਂ ਤਾਂ ਬਹੁਤ ਤਗੜਾ ਨਾ, ਤਾਂ ਹੀ ਤਾਂ ਮੈਂ ਥੋੜੇ ਕਰ ਗਿਆ ਗੜਬੜ। ਮੈਂ 4.25 ਕੱਦੂ ਦੇ ਰਿਹਾ, 4.25 ਕੱਦੂ ਇਸ ਕਰਕੇ ਕੱਟ ਰਿਹਾ ਪ੍ਰੋਗਰਾਮ ਕੱਦੂਕਸ ਦੇ ਵਿੱਚ ਕਿਉਂਕਿ ਇਹ ਥੋੜੀਆਂ ਜੀਆਂ ਹੈਗੀਆਂ, ਥੋੜੀਆਂ ਬਹੁਤੀਆਂ ਗਲਤੀਆਂ, ਨੰਬਰ ਕੱਟਣੇ, ਅੱਧਾ ਤਾਂ ਸੁਰ ਦਾ ਹੀ ਕੱਟ ਗਿਆ ਸੀਗਾ, ਏਦਾਂ ਕਿ ਸੁਰ ਅਗਲੀ ਵਾਰ ਚੀਤਾ ਜੀ, ਠੀਕ ਹੈ ਜੀ, ਬਿਲਕੁਲ। ਤੇ ਇਹ ਸੀਗਾ ਸਾਡਾ ਪ੍ਰੋਗਰਾਮ ਜੀ, ਜਿਹੜਾ ਜੀ ਗੰਨੇਦਾਰਾ, ਨਹੀਂ ਗੰਨੇ ਦਾ ਰਸ ਨਹੀਂ, ਮਿਊਜ਼ੀਕਲ ਕੱਦੂ ਕਾ, ਤੇ ਦੇਖਦੇ ਰਹੋ ਤੁਸੀਂ ਵੀ ਗੰਨੇ ਦਾ ਰਸ, ਮਿਊਜ਼ੀਕਲ ਕੱਦੂ ਕਾ। ਹਾਂਜੀ, ਉਹ ਗਰਮੀ ਬਹੁਤ ਹੈ ਨਾ, ਗੰਨੇ ਦਾ ਰਸ ਯਾਦ ਆ ਗਿਆ ਜੀ। ਤਾਂ ਤੁਸੀਂ ਦੇਖਦੇ ਰਹੋ ਜੀ ਗੱਲ ਪੰਜਾਬ ਦੀ ਟੀਵੀ, ਮੈਂ ਹੈਪੀ ਸਿੰਘ ਇਸੇ ਤਰ੍ਹਾਂ ਲਿਆਉਂਦਾ ਰਹੂੰਗਾ ਨਵੇਂ ਨਵੇਂ ਗਾਣਿਆਂ ਦੇ ਕੱਦੂਕਸ ਤੁਹਾਡੇ ਲਈ। ਔਰ ਇੱਕ ਰਿਕੁਐਸਟ ਹੋਰ ਹੈ ਜੀ, ਯੂਟਿਊਬ 'ਤੇ ਦੇਖ ਰਹੇ ਹੋ ਨਾ, ਸਬਸਕ੍ਰਾਈਬ ਕਰ ਲਓ ਚੈਨਲ ਨੂੰ ਅਤੇ ਨੋਟੀਫਿਕੇਸ਼ਨ ਬੈਲ ਵੀ ਦੱਬ ਦਿਓ ਤਾਂ ਕਿ ਤੁਹਾਡਾ ਹੀ ਭਲਾ ਇਹਦੇ ਵਿੱਚ, ਕਿਉਂਕਿ ਚੰਗੇ ਚੰਗੇ ਤੁਹਾਨੂੰ ਪ੍ਰੋਗਰਾਮ ਦੇਖਣ ਨੂੰ ਮਿਲੂਗੇ ਅਤੇ ਨਾਲੇ ਤੁਹਾਨੂੰ ਹੈਪੀ ਸਿੰਘ ਦੇਖਣ ਨੂੰ ਮਿਲੂ। ਹਾਂਜੀ, ਨਹੀਂ ਐਂ ਨਾ ਕਹੋ, ਕਈਆਂ ਨੂੰ ਨਹੀਂ ਵੀ ਪਸੰਦ ਆਉਂਦੀ ਸ਼ਕਲ, ਕੋਈ ਗੱਲ ਨਹੀਂ, ਵਧੀਆ ਗਾਣੇ ਦਾ ਵਧੀਆ ਰਿਵਿਊ, ਮੂਵੀ ਰਿਵਿਊ ਤੁਸੀਂ ਅਕਸਰ ਸੁਣੇ ਹੋਣਗੇ, ਪਹਿਲੀ ਵਾਰ ਕੋਈ ਕਰ ਰਿਹਾ ਜੀ ਸ਼ਾਇਦ, ਚੱਲ ਪਹਿਲੀ ਪਹਿਲ ਕੀਤੀ ਹੈ ਸਾਡੇ ਚੈਨਲ ਨੇ ਜੀ ਜੀ, ਜਿਵੇਂ ਕਿ ਇੱਕ ਮਿਊਜ਼ਿਕ ਰਿਵਿਊ ਪ੍ਰੋਗਰਾਮ ਵੀ ਕੱਢਿਆ, ਮਿਊਜ਼ੀਕਲ ਕੱਦੂਕਸ ਗਾਣਿਆਂ ਦਾ ਰਿਵਿਊ ਜਿਸ ਦੇ ਵਿੱਚ ਤੁਹਾਨੂੰ ਦੱਸਿਆ ਕਰਾਂਗੇ। ਪਰ ਕੁੱਲ ਮਿਲਾ ਕੇ ਦੋਸਤੋ, ਇਹ ਗਾਣਾ ਦੇਖਣ ਦੇ ਲਾਇਕ ਹੈ, ਘਰਾਂ ਦੇ ਵਿੱਚ ਬੈਠ ਕੇ ਸੁਣਨ ਦੇ ਲਾਇਕ ਹੈ, ਮਿਊਜ਼ਿਕ ਵੀ ਹੈ, ਅੱਜ ਕੱਲ੍ਹ ਦੇ ਗਾਣੇ ਤੋਂ ਬੜਾ ਹਟ ਕੇ ਹੈ, ਗਾਣਾ ਅੱਛਾ ਹੈ, ਚਾਹੇ ਇੱਕ ਦੋ ਚਲੋ ਖਾਮੀਆਂ ਹਰੇਕ ਗਾਣੇ ਵਿੱਚ ਰਹਿ ਜਾਂਦੀਆਂ ਨੇ, ਅਤੇ ਪਰ ਗਾਣਾ ਓਵਰਆਲ ਬਹੁਤ ਵਧੀਆ, ਬਹੁਤ ਵਧੀਆ ਗਾਣਾ, ਜ਼ਰੂਰ ਦੇਖੋ ਜੀ। ਸੱਜਣ ਅਦੀਬ ਗੱਲ ਦੋਹਾਂ ਵਿੱਚ ਹੀ ਰੱਖ ਲਈ, ਕਿਤੇ ਹੋਰ ਪਰ ਇਸ ਗਾਣੇ ਨੂੰ ਦੂਰ ਦੂਰ ਤੱਕ ਪਹੁੰਚਾਓ ਜੀ, ਸਾਰਿਆਂ ਨੂੰ ਦੱਸੋ ਇਸ ਗਾਣੇ ਬਾਰੇ, ਔਰ ਜ਼ਰੂਰ ਦੇਖੋ, ਲਾਈਕ ਸ਼ੇਅਰ ਕਮੈਂਟ ਵੀ ਕਰੋ ਇਸ ਗਾਣੇ ਤੇ, ਔਰ ਸਾਡੇ ਵੀਡੀਓ ਤੇ ਵੀ ਕਰ ਦਿਓ, ਠੀਕ ਹੈ ਜੀ। ਦੇਖਦੇ ਰਹੋ ਗੱਲ ਪੰਜਾਬ ਦੀ ਟੀਵੀ, ਹੁਣ ਹੈਪੀ ਸਿੰਘ ਤੇ ਪ੍ਰਵੀਨ ਕੋਮਲ ਜੀ ਨੂੰ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।